ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਪੋਜ਼ਿਟਿਵ ਪੰਜਾਬ ਚੈਨਲ 'ਤੇ ਸਵਾਗਤ ਹੈ। ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਸਕਦੇ ਹੋ ਇਸ ਨੂੰ ਸਬਸਕ੍ਰਾਈਬ ਕਰਕੇ, ਅਤੇ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਤੁਸੀਂ ਇਸ ਨੂੰ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਅਤੇ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। ਗਿਆਨੀ ਗੁਰਦਿੱਤ ਸਿੰਘ, ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਨੂੰ ਗੁਰਦਿੱਤ ਸਿੰਘ ਮਿੱਠੇਵਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਿੱਠੇਵਾਲ ਵਿਖੇ ਸਰਦਾਰ ਹੀਰਾ ਸਿੰਘ ਦੇ ਘਰ 24 ਫਰਵਰੀ 1923 ਈਸਵੀ ਵਿੱਚ ਹੋਇਆ। ਗਿਆਨੀ ਗੁਰਦਿੱਤ ਸਿੰਘ ਨੂੰ ਧਾਰਮਿਕ ਗਿਆਨ ਵਿਰਸੇ ਵਿੱਚੋਂ ਹੀ ਪ੍ਰਾਪਤ ਹੋਇਆ। ਸੰਨ 1945 ਵਿੱਚ ਗਿਆਨੀ ਪਾਸ ਕਰਨ ਪਿੱਛੋਂ ਇਹ ਸਾਹਿਤਕ ਖੋਜ ਵਿੱਚ ਸਰਗਰਮ ਹੋ ਗਿਆ ਅਤੇ ਖੋਜ ਦਾ ਮਾਹਿਰ ਬਣ ਗਿਆ। ਸੰਨ 1947 ਤੋਂ ਪਹਿਲਾਂ ਇਸਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਤਿਆਰ ਕੀਤਾ, ਜੋ ਅਜੇ ਅੱਧਾ ਕੁ ਹੀ ਛਪ ਸਕਿਆ ਸੀ ਕਿ ਦੇਸ਼ ਦੀ ਵੰਡ ਦੀ ਭੇਟਾ ਹੋ ਗਿਆ। ਗਿਆਨੀ ਗੁਰਦਿੱਤ ਸਿੰਘ ਨੇ ਕਾਫੀ ਗਿਣਤੀ ਵਿੱਚ ਆਲੋਚਨਾਤਮਕ ਅਤੇ ਖੋਜ ਭਰਪੂਰ ਲੇਖ ਲਿਖੇ। ਅਸ਼ੋਹ ਸਿਖਰਾਂ ਨਾਂ ਦਾ ਕਾਵਿ ਸੰਗ੍ਰਹਿ, ਪ੍ਰਾਚੀਨ ਵਾਰਾਂ, ਰਾਗਮਾਲਾ ਦੀ ਅਸਲੀਅਤ, ਗੁਰਬਾਣੀ ਦਾ ਇਤਿਹਾਸ, ਜੀਵਨ ਦਾ ਉਸਰੱਈਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ, ਭਗਤ ਬਾਣੀ ਭਾਗ, ਮੇਰਾ ਪਿੰਡ ਅਤੇ ਭੱਟਾਂ ਦੇ ਸਵਈਏ ਆਦਿ ਗਿਆਨੀ ਗੁਰਦਿੱਤ ਸਿੰਘ ਦੀਆਂ ਪ੍ਰਸਿੱਧ ਪੁਸਤਕਾਂ ਹਨ। ਮੇਰਾ ਪਿੰਡ ਨਾਂ ਦੀ ਪੁਸਤਕ ਪੰਜਾਬ ਦੀਆਂ ਸ੍ਰੇਸ਼ਟ ਪੁਸਤਕਾਂ ਵਿੱਚ ਗਿਣੀ ਜਾਂਦੀ ਹੈ ਅਤੇ ਪੰਜਾਬੀ ਦੀ ਸੁਚੱਜੀ ਅਤੇ ਸੁੰਦਰ ਵਾਰਤਕ ਦਾ ਵਧੀਆ ਨਮੂਨਾ ਹੈ। ਇਹ ਪੁਸਤਕ ਪੰਜਾਬੀ ਸੱਭਿਆਚਾਰ ਅਤੇ ਸੰਸਕ੍ਰਿਤੀ ਦੀ ਸਰਵੋਤਮ ਤਸਵੀਰ ਹੈ। ਯੂਨੈਸਕੋ ਪੁਰਸਕਾਰ ਪ੍ਰਾਪਤ ਪੁਸਤਕ ਮੇਰਾ ਪਿੰਡ ਦੇ ਲੇਖਕ ਗਿਆਨੀ ਗੁਰਦਿੱਤ ਸਿੰਘ ਆਪਣੇ ਸਮੇਂ ਦੀ ਉੱਘੀ ਧਾਰਮਿਕ ਅਤੇ ਸਿਆਸੀ ਸ਼ਖਸੀਅਤ ਹੋਣ ਦੇ ਨਾਲ ਨਾਲ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਵੀ ਸਨ। ਉਹਨਾਂ ਆਪਣਾ ਪੰਜਾਬੀ ਪੱਤਰਕਾਰੀ ਦਾ ਸਫ਼ਰ 1948 ਵਿੱਚ ਪ੍ਰਕਾਸ਼ ਅਖਬਾਰ ਸ਼ੁਰੂ ਕਰਕੇ ਕੀਤਾ ਅਤੇ ਜੀਵਨ ਦੇ ਅੰਤ ਤੱਕ ਪੱਤਰਕਾਰੀ ਨਾਲ ਜੁੜੇ ਰਹੇ। ਪ੍ਰਕਾਸ਼ ਤੋਂ ਇਲਾਵਾ ਉਹਨਾਂ ਆਪਣੇ ਜੀਵਨ ਕਾਲ ਦੌਰਾਨ ਦੋ ਹੋਰ ਪੱਤਰ ਜੀਵਨ ਸਾਂਝਾ ਅਤੇ ਸਿੰਘ ਸਭਾ ਪੱਤਰਿਕਾ ਵੀ ਆਰੰਭ ਕਰਕੇ ਚਲਾਏ। ਗਿਆਨੀ ਗੁਰਦਿੱਤ ਸਿੰਘ ਨੇ 15 ਅਗਸਤ 1948 ਨੂੰ ਪਟਿਆਲਾ ਤੋਂ ਪ੍ਰਕਾਸ਼ ਅਖਬਾਰ ਆਰੰਭ ਕੀਤਾ। ਪਹਿਲਾਂ ਇਹ ਅਖਬਾਰ ਸਪਤਾਹਿਕ ਦੇ ਰੂਪੇ ਸ਼ੁਰੂ ਕੀਤਾ ਗਿਆ ਸੀ। ਗਿਆਨੀ ਜੀ ਨੇ ਇਸ ਅਖਬਾਰ ਲਈ ਮੋਤੀ ਬਾਗ ਨੇੜੇ ਆਪਣੀ ਪ੍ਰਿੰਟਿੰਗ ਪ੍ਰੈਸ ਵੀ ਲਾਈ। ਇਸ ਸਮੇਂ ਇਹ ਪੈਪਸੂ ਦਾ ਪ੍ਰਮੁੱਖ ਰੋਜ਼ਾਨਾ ਪੱਤਰ ਸੀ। ਬਾਅਦ ਵਿੱਚ ਗਿਆਨੀ ਗੁਰਦਿੱਤ ਸਿੰਘ ਵੱਲੋਂ ਆਪਣਾ ਰਹਿਣ ਬਸੇਰਾ ਚੰਡੀਗੜ੍ਹ ਕਰ ਲਏ ਜਾਣ ਨਾਲ ਪ੍ਰਕਾਸ਼ ਵੀ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੋਣ ਲੱਗ ਪਿਆ ਸੀ। ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗਿਆਨੀ ਜੀ ਨੇ ਚੰਡੀਗੜ੍ਹ ਦੇ ਸੈਕਟਰ 18 ਵਿੱਚ ਬਾਕਾਇਦਾ ਦਫ਼ਤਰ ਬਣਾਇਆ, ਜਿੱਥੇ ਡਾਕਟਰ ਜੋਤ ਸਿੰਘ, ਸੂਬਾ ਸਿੰਘ, ਹਜ਼ਾਰੀ ਪ੍ਰਸਾਦ ਦੁਬੇਦੀ ਅਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਪ੍ਰਸਿੱਧ ਸਾਹਿਤਕਾਰ ਵੀ ਅਕਸਰ ਸ਼ਿਰਕਤ ਕਰਦੇ ਸਨ। ਇੱਥੇ ਹੀ ਉਹਨਾਂ ਪਹਿਲੀ ਵਾਰ ਚੰਡੀਗੜ੍ਹ ਵਿੱਚ ਪੰਜਾਬੀ ਸਾਹਿਤ ਸਭਾ ਦੀ ਸਥਾਪਨਾ ਕੀਤੀ, ਜਿਸ ਨੇ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਕਾਸ਼ ਮੁੱਖ ਰੂਪ ਵਿੱਚ ਸਮਾਚਾਰ ਮੁਖੀ ਪੱਤਰ ਸੀ, ਪਰ ਇਸ ਵਿੱਚ ਇਤਿਹਾਸਕ ਅਤੇ ਸਾਹਿਤਕ ਰਚਨਾਵਾਂ ਵੀ ਛਪਦੀਆਂ ਸਨ। ਇਸ ਵਿੱਚ ਛਪਦੇ ਤਿੱਖੇ ਸਿਆਸੀ ਵਿਅੰਗ ਸਾਹਿਤਕ ਵਿਅੰਗ ਦਾ ਦਰਜਾ ਰੱਖਦੇ ਸਨ। ਇੱਟ ਖੜਿੱਕਾ, ਚਰੀਟਾਂ, ਰਾਜਨੀਤਿਕ ਕੁੰਡਲੀਏ, ਨਕਲੀ ਸੌਸਾਕੀ ਅਤੇ ਨਿਹੰਗ ਸਲੋਤਰ ਸਿੰਘ ਦੀ ਛਾਉਣੀ ਤੋਂ ਬਹੁਤ ਹਰਮਨ ਪਿਆਰੇ ਸਨ। ਗਿਆਨੀ ਗੁਰਦਿੱਤ ਸਿੰਘ ਸਿਰਫ ਇਸ ਪੱਤਰ ਦੀ ਸੰਪਾਦਨਾ ਹੀ ਨਹੀਂ ਸਨ ਕਰਦੇ, ਸਗੋਂ ਲਗਾਤਾਰ ਇਸ ਲਈ ਲਿਖਦੇ ਵੀ ਰਹੇ। ਵਿਅੰਗ ਸਾਹਿਤਕਾਰ ਸੂਬਾ ਸਿੰਘ ਵੀ ਇਸ ਪੱਤਰ ਦੇ ਸੰਪਾਦਕੀ ਕਾਰਜਾਂ ਅਤੇ ਵਿਅੰਗ ਰਚਨਾਵਾਂ ਦੇ ਪੱਖੋਂ ਜੁੜੇ ਹੋਏ ਸਨ। ਇਸ ਪੱਤਰ ਵਿੱਚ ਉਸ ਸਮੇਂ ਦੇ ਲਗਭਗ ਸਾਰੇ ਪ੍ਰਮੁੱਖ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਛਪਦੀਆਂ ਸਨ। ਪ੍ਰਕਾਸ਼ ਤੋਂ ਬਾਅਦ 1 ਅਪ੍ਰੈਲ 1949 ਵਿੱਚ ਗਿਆਨੀ ਗੁਰਦਿੱਤ ਸਿੰਘ ਨੇ ਇੱਕ ਮਾਸਿਕ ਪੱਤਰ ਜੀਵਨ ਸੰਦੇਸ਼ ਜਾਰੀ ਕੀਤਾ। ਇਸ ਦਾ ਸਬੱਬ ਸ਼ਾਇਦ ਪੈਪਸੂ ਸਰਕਾਰ ਵੱਲੋਂ ਗਿਆਨੀ ਜੀ ਨੂੰ 1948 ਵਿੱਚ ਧਰਮ ਅਰਥ ਬੋਰਡ ਦਾ ਸਕੱਤਰ ਲਗਾਉਣਾ ਬਣਿਆ। ਇਸ ਅਹੁਦੇ ਨੇ ਉਹਨਾਂ ਨੂੰ ਲੋਕਾਂ ਵਾਸਤੇ ਜੀਵਨ ਜੀਵਨ ਦਾ ਸੰਦੇਸ਼ ਦੇਣ ਲਈ ਪ੍ਰੇਰਿਤ ਕੀਤਾ, ਜਿਸ ਦੇ ਫਲਸਰੂਪ ਜੀਵਨ ਸੰਦੇਸ਼ ਹੋਂਦ ਵਿੱਚ ਆਇਆ। ਇਸ ਪੱਤਰ ਵਿੱਚ ਕਵਿਤਾਵਾਂ, ਨਿਬੰਧ, ਜੀਵਨੀ, ਕਹਾਣੀ, ਇਕਾਂਗੀ ਅਤੇ ਪੁਸਤਕ ਰਿਵਿਊ ਆਦਿ ਸਾਹਿਤ ਰੂਪ ਪ੍ਰਕਾਸ਼ਿਤ ਹੁੰਦੇ ਸਨ। ਪ੍ਰਕਾਸ਼ ਅਤੇ ਜੀਵਨ ਸੰਦੇਸ਼ ਤੋਂ ਇਲਾਵਾ ਗਿਆਨੀ ਗੁਰਦਿੱਤ ਸਿੰਘ ਨੂੰ ਇੱਕ ਨਿਰੋਲ ਧਾਰਮਿਕ ਪੱਤਰ ਸਿੰਘ ਸਭਾ ਪੱਤ੍ਰਿਕਾ ਦਾ ਸੰਪਾਦਨ ਕਰਨ ਦਾ ਵੀ ਮਾਣ ਪ੍ਰਾਪਤ ਹੋਇਆ। ਇਹ ਪੱਤਰ ਸ਼੍ਰੀ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ, ਕੁਝ ਸਮਾਂ ਇਹ ਪੱਤਰ ਦਿੱਲੀ ਤੋਂ ਵੀ ਛਪਦਾ ਰਿਹਾ। ਗਿਆਨੀ ਗੁਰਦਿੱਤ ਸਿੰਘ ਜੀ ਦੀਆਂ ਲਗਭਗ ਸਾਰੀਆਂ ਧਾਰਮਿਕ ਪੁਸਤਕਾਂ ਇਸ ਦੇ ਅੰਕਾਂ ਵਿੱਚ ਛਾਪੀਆਂ ਗਈਆਂ।
इस तरह ज्ञानी गुरदित सिंह जी की पंजाबी पत्रकारी के विकास में काफ़ी अहम भूमिका रही है, पर उन्होंने सियासी और धार्मिक पक्ष ज़्यादा उभरन कारण इस खेत्र में उन्होंने योगदान अणगौलिया रहा। हुण असीं गल करदे हां उन्होंने परिवार की। ज्ञानी जी का विआह श्रीमती इंद्रजीत कौर संधू नाल होया, जो कि पंजाबी यूनिवर्सिटी के वाइस चांसलर सर्विस सिलेक्शन कमिशन भारत सरकार के चेयरपर्सन रहे हैं। आप दे दोस्त पुत्र रुपिंदर सिंह ते रुविंदर सिंह विचों रुपिंदर सिंह द ट्रिब्यून का डिप्टी एडिटर रहा। आप दा देहांत 17 जनवरी 2007 होया। धन्यवाद।